हिमाचल के ज्वाली में एक गरीब महिला की पट्टे की जमीन धोखाधड़ी से बेचने का मामला सामने आया है। पुलिस ने इस संदर्भ में 420 का केस दर्ज करके जांच शुरू कर दी है। मिली जानकारी के अनुसार रजनी देवी निवासी जोर ने पुलिस में शिकायत दर्ज करवाई है कि उसका पति साधारण है तथा वह काफी गरीब है। सरकार की तरफ से वर्ष 1979 से 80 में उनको ढसोली कन्याट में करीबन 10 कनाल का एक पट्टा अलॉट हुआ था। पंचायत के एक व्यक्ति ने उनके पति के साधारण होने का फायदा उठाते हुए फरवरी 2020 में उसको तहसील ज्वाली में ले जाकर राजस्व अधिकारियों से मिलीभगत करके उस बेशकीमती जमीन को धोखाधड़ी से दो महिलाओं को बेच दिया है। रजनी देवी ने पुलिस सहित प्रदेश सरकार से भी न्याय की गुहार लगाई है। इलाके के समाज सेवी व बसपा नेता उजागर सिंह ने कहा कि गरीब महिला के साथ अन्याय व धोखाधड़ी हुई है, इसमें ज्वाली के तहसीलदार पूरी तरह जिम्मेदार हैं। इस बारे में SHO ज्वाली प्रशांत सिंह ठाकुर ने कहा कि रजनी देवी की शिकायत पर धोखाधड़ी का मामला दर्ज करके छानबीन शुरू कर दी गई है। ते ये जड़ा पटे दे बारे तुम्हारे कने जड़ा होया धोखेबाजी क्या होया जी सर जी निमा आया साढ़े पिंड दे बोल का तुम्हारे पिंड दे बोला दे ना पे पटा मतलब कि तुम्हारा ना आया है फिर अम्मा ही पूछे अम्मा बोलती हां ठीक है आए साढ़े ना ਇਹ ਮੈਂ ਕਢਾਈ ਦਿਆਂ ਇਹ ਕਢਾਈ ਦੇ ਬਸ ਇੰਨੀ ਗੱਲ ਹੈ ਜੀ ਹਜੂ ਫਿਰ ਉਹ ਨਿਕਾਲੋ ਕਢਾਇਆ ਸਾਕੀ ਨਹੀਂ ਪਤਾ ਫਿਰ ਕੋਈ ਪਤਾ ਨਹੀਂ ਵੀ ਉਹ ਨਿਕਾਲੋ ਸੈ ਕਢਾਈ ਕਢੂਈ ਕਾ ਗਿਆ ਵੇਚੀ ਵੀ ਅੜਿਆ ਤਾਂ ਵੀ ਸਾਕੀ ਪਤਾ ਨਹੀਂ ਦੇ ਬਾਰੇ ਚ ਅੱਛਾ ਜੀ ਹਾਂਜੀ ਇਹ ਬੋਲਦੇ ਕਿ ਤੁਹਾਡਾ ਘਰ ਵਾਲੇ ਜਿਹੜੇ ਇਨ ਸੈ ਗਏ ਤੇ ਨਾ ਉਥੋਂ ਤਸੀਲਾ ਸੱਚੀ ਗੱਲ ਹੈ ਸੈ ਹਾਂਜੀ ਹਾਂਜੀ ਹਾਂ ਕੀ ਹੋਇਆ ਸੈ ਕੀਆਂ ਸਰ ਜੀ ਉਹ ਧੋਖੇ ਕਰਨ ਲੈ ਕੇ ਗਿਆ ਹਾ ਘਰ ਆਇਆ ਸਾੜੇ ਅੱਛਾ ਤਾਂ ਪਿਛਲੀ ਸਾੜੀ ਰਸੋ ਗਿਆ ਉੱਥੇ ਰੋਟੀ ਹੈ ਖਾ ਦੇ ਪਹਿਲੇ ਖਾਣ ਹੀ ਲੱਗੇ ਕਹਿੰਦਾ ਥਾਲੀ ਥੱਲੇ ਸੁੱਟਤੀ ਬੋਲਣ ਲੱਗਾ ਹੈ ਚੱਲ ਚੱਲ ਸਾਬੇ ਚਲੀ ਜਾਣਾ ਸਾਬੇ ਚਲੀ ਜਾਣਾ ਫਿਰ ਇਧਰੋਂ ਨਹੀਂ ਆਇਆ ਪਿਛਲੇ ਰਸਤੋਂ ਗਿਆ ਸਰ ਲੈ ਕੇ ਬਾਹੇ ਪਕੜੀ ਕੇ ਲੈ ਆਈਏ ਉਹਨਾਂ ਕੇ ਫਿਰ ਮੈਂ ਫੋਨ ਕਰਦੀ ਰਹੀ ਨਾ ਜੀ ਤਾਂ ਉਹਨੇ ਫੋਨ ਵੀ ਲੈ ਲਿਆ ਹੈ ਇਹਨਾਂ ਤੋਂ ਫਿਰ ਨਹੀਂ ਮੈਂ ਇੱਕ ਵਾਰੀ ਫੋਨ ਲਿਆ ਤਾਂ ਉਹ ਪੁੱਛਣ ਲੱਗਾ ਮੈਂ ਬੋਲੇ ਮੈਂ ਗੱਲ ਕਰਾਓ ਇਹਨਾਂ ਨੇ ਬੋਲਦਾ ਹੈ ਸਾਕੇ ਕੰਮ ਕਰਨ ਦੇ ਪਰੇਸ਼ਾਨ ਮਤ ਕਰ ਸਕੇ ਹੈ ਹਾਂਜੀ ਸਾਕੇ ਆਪਣਾ ਕੰਮ ਕਰਨ ਦੇ ਫਿਰ ਬੰਦ ਕਰਤਾ ਫੋਨ ਉਹਨੇ ਕਹਿੰਦਾ ਫਿਰ ਇਤਨਾ ਫੋਨ ਨਿੰਮਿਆ ਲੈ ਰਿਹਾ ਤੇ ਤੁਹਾਂ ਇਸ ਪਰ ਫਿਰ ਕਾਰਵਾਈ ਕਰਾਈ ਕੋਈ ਕੁਛ ਸਰ ਜੀ ਫਿਰ ਇਹ ਉੱਥੇ ਦੇ ਆਏ ਨੇ ਜਿਸ ਟਾਈਮ ਨਾ ਤੇ ਬੜੇ ਪਰੇਸ਼ਾਨ ਹੈ ਘਰ ਆਏ ਗਏ ਤਾਂ ਫਿਰ ਮੈਂ ਨਹੀਂ ਪੁੱਛਾਂ ਵੀ ਵਾਰ ਵਾਰ ਵੀ ਕੀ ਹੋਇਆ ਕੀ ਨਹੀਂ ਹੋਇਆ ਬੋਲਣਾ ਹੀ ਹੈ ਮਤਲਬ ਨੋਟਾਂ ਵਾਲੇ ਕਾਗਜ਼ ਹੈ ਕੋਰੇ ਉਹਨਾਂ ਪਰ ਮੇਰੇ ਤੋਂ ਸਾਈਨ ਕਰਵਾਏ ਨਾ ਕਹਿੰਦੇ ਮੇਰੀਆਂ ਫੋਟੋ ਹੀ ਹੈ ਨਾ ਫਿਰ ਮੈਂ ਕਿਸ ਗੱਲ ਦਾ ਪਤਾ ਚੱਲਿਆ ਫਿਰ ਮੈਂ ਦੂਏ ਦਿਨ ਗਈ ਤਹਿਸੀਲਾ ਗਈ ਤਾਂ ਤਹਿਸੀਲਦਾਰ ਸਾਹਿਬ ਨਹੀਂ ਆਉਂਦੇ ਰਹੇ 10-11 ਦਿਨ ਜਾਂਦੇ ਰਹੇ ਅਸੀਂ ਲਗਾਤਾਰ ਤਾਂ ਸਾਹਿਬ ਨਹੀਂ ਆਉਂਦੇ ਰਹੇ ਜਲ ਫਿਰ ਸਾਹਿਬ ਆਏ ਨਾ ਉਸ ਤੋਂ ਬਾਅਦ SDM ਸਾਹਿਬ ਨੇ ਮਿਲਿਆ ਸੀ ਤਹਿਸੀਲਦਾਰ ਸਾਹਿਬ ਨੇ ਮਿਲਿਆ ਉਸ SDM ਸਾਹਿਬ ਨੇ ਤਹਿਸੀਲਦਾਰ ਸਾਹਿਬ ਕੇ ਬੋਲਿਆ ਹਾ ਕਿ ਠੀਕ ਹੈ ਮੈਂ ਸਾਈਨ ਮਤ ਕਰ ਦੇ ਤੁਸੀਂ ਫਿਰ ਉਹਨਾਂ ਨੇ 3-4 ਦਿਨ ਤੋਂ ਬਾਅਦ ਸਾਡੀ ਫੋਨ ਆਉਂਦਾ ਬੋਲਦੇ ਰਜਿਸਟਰੀ ਹੋ ਚੁੱਕੀ ਹੈ ਕਿਉਂਕਿ ਅਸੀਂ ਰਜਿਸਟਰੀ ਸਟੇ ਆਰਡਰ ਲਾਏ ਰਹੇ ਫਿਰ ਰਜਿਸਟਰੀ ਕਿਵੇਂ ਹੋਈ ਫੋਨ ਕਰਵਾਏ ਲਏ ਤਾਂ ਉਹ ਜਿਹੜੀ ਜ਼ਮੀਨ ਸੀ ਉਹਨੇ ਵੇਚਤੀ ਅੱਛਾ ਕੁਛ ਕੁਛ ਕੀ ਵੇਚੀ ਵਾਲਾ ਆ ਤਾਂ ਕੀ ਹਾਂਜੀ ਸਰ ਜੀ ਕੋਈ ਰਾਧਾ ਰਾਣੀ ਹੈ ਇੱਕ ਕਨੇ ਇੱਕ ਕੰਚਨ ਦੇਵੀ ਹਾਂਜੀ ਠੀਕ ਹੈ ਤਾਂ ਕੀ ਕੋਈ ਪੈਸਾ ਨਹੀਂ ਮਿਲਿਆ ਨਹੀਂ ਜੀ ਕੋਈ ਪੈਸਾ ਨਹੀਂ 100 ਰੁਪਿਆ ਦਿੱਤਾ ਹੀ ਨਹੀਂ ਮੇਰੇ ਘਰ ਵਾਲੇ ਕੀ ਅੱਛਾ ਪਹਿਲਾ ਕਰਾਇਆ ਕਹਿੰਦਾ ਬੱਸਾਂ ਚਲੀਆਂ ਅੱਛਾ ਕਹਿੰਦਾ ਜਾਂਦੀ ਵਾਰੀ ਗੱਡੀਆਂ 'ਚ ਲੈ ਕੇ ਗਿਆ ਮੇਰੇ ਘਰ ਵਾਲੇ ਜਾਂਦੀ ਵਾਰੀ ਗੱਡੀਆਂ 'ਚ ਲੈ ਗਿਆ ਸੈ ਤਾਂ ਆਉਂਦੀ ਵਾਰੀ ਉਸੀ 100 ਰੁਪਿਆ ਦਿੱਤਾ ਫਿਰ ਲੈ ਫਿਰ ਤੂੰ 100 ਰੁਪਿਆ ਕਹਿੰਦਾ ਚਲੀ ਜਾਵੇ ਕਿ ਜਿਹੜਾ ਪਰਿਵਾਰ ਗਰੀਬ ਪਰਿਵਾਰ ਹੈ ਇਹਨਾਂ ਕੀ ਯੂਨੀਵਰਸਿਟੀ ਧੋਖੇ ਸੇ ਕਿਸੇ ਆਦਮੀ ਨੇ ਕਰਵਾ ਲਈ ਆਪਣੇ ਨਾਮ ਜੇ 15 ਦਿਨ ਲਗਾਤਾਰ ਭਟਕਦੇ ਰਹੇ ਜਵਾਲੀ ਆਫਿਸ ਮੈਂ ਤਹਿਸੀਲਦਾਰ ਦੇ ਆਫਿਸ ਮੈਂ ਲੇਕਿਨ ਇਹਨਾਂ ਕੋਈ ਵੀ ਕਿਸੇ ਪ੍ਰਕਾਰ ਦਾ ਨਿਆਂ ਨਹੀਂ ਦਿਆ ਕਿਸੇ ਨਾਮ ਬੁੱਧੀਜੀਵੀ ਆਦਮੀ ਨੇ ਹਮਾਰੇ ਪਾਸ ਹਮਾਰੇ ਕਿਸੇ ਨੇ ਨੇਤਾ ਹੈ ਹਮਾਰੇ ਰਹਿਣ ਸਿੰਘ ਲੇਖਰਾਜ ਜੀ ਉਹਨਾਂ ਕੇ ਪਾਸ ਜੇ ਫੈਮਿਲੀ ਗਈ ਹੈ ਔਰ ਉਹਨਾਂ ਨੇ ਫਿਰ ਮੇਰੇ ਪਾਸ ਭੇਜੇ ਜਵਾਲੀ ਮੈਂ ਅਮਨੇ 18-19 ਕੋ ਇਹ ਪੂਰੇ ਗਾਉਂ ਕੇ ਆਦਮੀ ਕੋ ਬੁੱਢਾ ਸੋ ਆਦਮੀ ਇਕੱਠਾ ਕਰਕੇ ਔਰ ਅਸਡਮ ਆਫਿਸ ਮੇਂ ਮਿਲੇ ਅਤਮ ਸਾਹਿਬ ਨੇ ਵੀ ਹਮੇਂ ਉਸਕੇ ਤੁਰੰਤ ਹਮਨੇ SP ਮੁਦਰੇ ਕੋ ਭੇਜ ਦਿਆ ਬਿਜ਼ਨਸ ਕੋ ਭੇਜ ਦਿਆ ਕੇਸ ਉਸਕੇ ਨੁਕਾਰੇ ਥੋੜ੍ਹੇ ਬਿਲਕੁਲ ਮੈਂ ਆਹ ਹੋਣੇ ਲੱਗੇ ਕਿਉਂਕਿ ਮੈਂ ਆ ਗਿਆ ਇੱਥੇ ਕਰੋਨਾ ਕਾ ਸੰਕਟ ਉਸਮੇ ਫਿਰ ਮਈ ਜੂਨ ਮੈਂ ਉਸਕੇ ਬਾਅਦ ਹਮਾਰੀ ਜੋ ਹੈ ਅਗਸਤ ਮੈਂ ਸੁਣਵਾਈ ਹੋਈ ਹੈ ਔਰ SDM ਸਾਹਿਬ ਨੇ ਹਮਾਰੇ ਪਕਸ ਮੈਂ ਜੇ ਫੈਸਲਾ ਦਿਆ ਹੈ ਔਰ ਜੇ ਬਿਲਕੁਲ ਹੀ ਗਲਤ ਹੋਇਆ ਹੈ ਮਤਲਬ ਗਰੀਬ ਪਰਿਵਾਰ ਸੇ ਇੱਕ ਨਿਹੱਥੇ ਪਰਿਵਾਰ ਦੇ ਉੱਪਰ ਇਤਬਾਰ ਕੀਆ ਗਿਆ ਹੈ ਔਰ ਇਸਕੇ ਬਾਅਦ ਹਮਨੇ ਪਿਛਲੇ ਕੁਛ ਦਿਨ ਮੈਂ ਆਪਣੇ ਪੁਲਿਸ ਮੈਂ ਰਿਪੋਰਟ ਕਰਵਾਈ ਸੀ ਮੈਂ ਔਰ ਉਸਕੀ ਸੁਣਾ ਕਿ ਇੱਥੇ ਦਰਜ ਹੋ ਚੁੱਕੀ ਹੈ ਲੇਕਿਨ ਅਭੀ ਤੱਕ ਪੁਲਿਸ ਨੇ ਕੋਈ ਕਾਰਵਾਈ ਕੀ ਨਹੀਂ ਹੈ ਹੋ ਸਕਦਾ ਕਿ ਦੋ ਦਿਨ ਮੈਂ ਪੁਲਿਸ ਕਾਰਵਾਈ ਕਰੇਗੀ ਠੀਕ ਐਸੇ ਹੀ ਲੇਟੈਸਟ ਖਬਰੇ ਪਾਣੇ ਕੇ ਲਿਏ ਬੈਲ ਆਈਕਨ ਕੋ ਕਲਿੱਕ ਕਰ ਹਮਾਰੇ ਚੈਨਲ ਕੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੇ ਧੰਨਵਾਦ
JBD Banquets लाए हैं इनक्रेडिबल मैरिज पैलेस राजघराना एंड द फाइनेस्ट बैंक्वेट हॉल ज्योति गार्डन World class catering, centrally air conditioned, lush green lawns, state of the art lighting. A perfect venue for wedding, launching and parties. Rajgharana and Jyoti Garden at JBD Banquets Enterprise.